ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਬਹੁਤ ਸਾਰੇ ਦੇਸ਼ ਭਗਤਾਂ ਨੇ ਕੁਰਬਾਨੀ ਦਿੱਤੀ, ਉੱਥੇ ਹੀ ਸ਼ਹੀਦ ਭਗਤ ਸਿੰਘ ਦਾ ਵੀ ਦੇਸ਼ ਦੀ ਆਜ਼ਾਦੀ ਵਿੱਚ ਇੱਕ ਅਹਿਮ ਯੋਗਦਾਨ ਰਿਹਾ। ਅੱਜ 23 ਮਾਰਚ ਹੈ ਜਿਸ ਦਿਨ ਭਗਤ ਸਿੰਘ ਨੂੰ ਸ਼ਹੀਦੀ ਦਿੱਤੀ ਗਈ ਸੀ ਅਤੇ ਉਹਨਾਂ ਦੀ ਸ਼ਹੀਦੀ ਨੂੰ ਯਾਦ ਰੱਖਦੇ ਸਾਰੇ ਦੇਸ਼ ਵਾਸੀਆਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਅਤੇ ਉੱਥੇ ਇਸ ਸ਼ਹੀਦੀ ਦਿਵਸ ਦੇ ਮੌਕੇ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਂਕ 'ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਹਨਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਕਿਸਾਨਾਂ ਵੱਲੋਂ ਰਾਜਨੀਤਿਕ ਪਾਰਟੀਆਂ ਦਾ ਵੀ ਵਿਰੋਧ ਕੀਤਾ ਗਿਆ। ਸਪੈਸ਼ਲ ਨਿਊਜ਼ ਪੰਜਾਬੀ ਦੇ ਰਿਪੋਰਟਰ ਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਨਾ ਜਾਣ ਇਹਨਾਂ ਤੋਂ ਸੇਧ ਲੈ ਕੇ ਆਪਾਂ ਆਪਣੇ ਦੇਸ਼ ਨੂੰ ਇੱਕ ਮੁੜਤਾ ਦੇ ਨਾਲ ਵਧੀਆ ਤਰੀਕੇ ਦੇ ਨਾਲ ਚਲਾਉਣਾ। ਸੋ ਮੈਂ ਇੰਨੀ ਗੱਲ ਕਹਿੰਦਾ ਹੋਇਆ ਹਰਭਜਨ ਸਿੰਘ ਜੀ ਨੂੰ ਦਿੰਦਾ ਮਾਈ। ਮਨਸੂਰ ਵਾਲੇ ਦੋਨਾਂ 1986-87 ਦੇ ਵਿੱਚ ਭਗਤ ਸਿੰਘ ਦੀ ਭੈਣ ਅਮਰ ਕੌਰ ਦੇ ਨਾਲ ਦਿਆਲਪੁਰ ਮੇਰੀਆਂ ਦੋ ਮੁਲਾਕਾਤਾਂ ਹੋਈਆਂ। 1991 ਦੇ ਵਿੱਚ ਛੋਟੇ ਭਰਾ ਭਗਤ ਸਿੰਘ ਦੀ ਉਹਨਾਂ ਦੀ ਭਰਜਾਈ ਦੇ ਨਾਲ ਇੱਕ ਦੋ ਮੁਲਾਕਾਤਾਂ ਮੇਰੀਆਂ ਹੋਈਆਂ। ਜਦੋਂ ਮੁਲਾਕਾਤਾਂ ਹੁੰਦੀਆਂ ਸੀ ਤਾਂ ਮੈਂ ਉਹ ਉਸ ਸਮੇਂ ਦਾ ਉਹਨਾਂ ਨੂੰ ਸਵਾਲ ਕਰਿਆ ਕਰਦਾ ਸੀ ਵੀ ਜਦੋਂ ਤੁਹਾਡੇ ਭਗਤ ਸਿੰਘ ਪੂਰੇ ਆਪਣੇ ਜਲੋ ਜਲਾਲ ਵਿੱਚ ਸੀਗੇ ਉਦੋਂ ਤੁਹਾਡੇ ਪਰਿਵਾਰ ਨੂੰ ਕੀ ਕੀ ਮੁਸ਼ਕਿਲਾਂ ਹੁੰਦੀਆਂ ਸੀ। ਉਹ ਦਾਦੀ ਭੈਣ ਵੱਲੋਂ ਦਾਦੀ ਇਹ ਸਾਡੇ ਘਰੇ ਕੋਈ ਰਿਸ਼ਤਾ ਲੈਣ ਨਹੀਂ ਆਉਂਦਾ ਸੀ, ਸਾਨੂੰ ਅੱਤਵਾਦੀਆਂ ਦਾ ਟੱਬਰ ਘੋਸ਼ਿਤ ਕਰ ਦਿੱਤਾ ਗਿਆ, ਸਾਡੀ ਰਿਸ਼ਤੇਦਾਰ ਜਿਹੜੇ ਆਪਣੇ ਨਿੱਜੀ ਉਹ ਵੀ ਸਾਨੂੰ ਮਿਲਣੋਂ ਹਟ ਗਏ ਸੀਗੇ। ਇਹੋ ਜਿਹੇ ਹਾਲਾਤ ਹੋਏ ਸੀ। ਅੱਜ ਇਹ ਲੋਕ ਹਾਰ ਪਾ ਕੇ ਤਾਂ ਆਪਾਂ ਆਪਣੀ ਘਰੀ ਜਾ ਵੜਦੇ ਆ, ਲਾਹਨਤਾਂ ਪੈ ਇਹੋ ਜਿਹੇ ਲੋਕਾਂ ਨੂੰ ਜਿਹੜੇ ਸਿਰਫ ਇੱਕ ਦਿਨ ਵਾਸਤੇ ਹਾਰ ਪਾਉਣ ਆਉਂਦੇ ਆ। ਦੂਸਰੀ ਗੱਲ ਹੋਰ ਮੈਂ ਤੁਹਾਨੂੰ ਕਰਦੇ ਹਾਂ, ਅਸੀਂ ਕਿੰਨੀ ਸ਼ਰਮ ਦੀ ਗੱਲ ਆ ਕਿ ਭਗਤ ਸਿੰਘ ਨੂੰ ਅਸੀਂ ਸ਼ਹੀਦੀ ਦਾ ਦਰਜਾ ਹੀ ਨਹੀਂ ਦਵਾ ਸਕੇ। 70 ਸਾਲ 73 ਸਾਲ ਸਾਡੇ ਆਜ਼ਾਦ ਹੋਏ ਨੂੰ ਹੋ ਗਏ, ਅਸੀਂ ਭਗਤ ਸਿੰਘ ਰਾਜ ਸੁਖਦੇਵ ਉਹਨਾਂ ਨੂੰ ਆਜ਼ਾਦ ਭਗਤ ਇਹਨਾਂ ਨੂੰ ਅਜੇ ਤੱਕ ਇਹ ਹੀ ਨਹੀਂ ਕਹਿ ਸਕੇ ਕਿ ਇਹ ਸਾਡੇ ਸ਼ਹੀਦ ਆ, ਗੌਰਮੈਂਟ ਤੌਰ ਉੱਤੇ ਅਸੀਂ ਅਨਾਊਂਸ ਨਹੀਂ ਕਰ ਸਕੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੈ। ਅੱਜ ਅਸੀਂ ਆਮ ਆਦਮੀ ਪਾਰਟੀ ਵੱਲੋਂ ਇੱਕ ਸਾਡੇ ਜਿਹੜੇ ਸ਼ਹੀਦ ਨੇ ਭਗਤ ਸਿੰਘ ਜੀ, ਰਾਜਗੁਰੂ ਜੀ, ਸੁਖਦੇਵ ਜੀ, ਉਹਨਾਂ ਦੀ ਜਿਹੜੀ ਹੈਗੀ ਹੈ ਇਹਨਾਂ ਦੀ ਰੂਹ ਜਿਹੜੀ ਹੈਗੀ ਉਹਨਾਂ ਨੂੰ ਅਸੀਂ ਸਨਮਾਨਿਤ ਕਰਨ ਆਏ ਹਾਂ, ਇੱਥੇ ਸ਼ਰਧਾਂਜਲੀ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ। ਜਦਕਿ ਅੱਜ ਦੇ ਸਿਸਟਮ ਨੂੰ ਦੇਖਦੇ ਹੋਏ, ਅੱਜ ਦੀਆਂ ਜੋ ਮੁੱਖ ਹਾਲਾਤ ਨੇ, ਭਾਵੇਂ ਰਾਜਨੀਤਿਕ ਨੇ, ਭਾਵੇਂ ਰਾਜਨੀਤਿਕ ਤੋਂ ਪਿੱਛੇ ਚੱਲ ਜਾਈਏ ਆਪਾਂ ਕੋਈ ਪ੍ਰਸ਼ਾਸਨ ਲਗਾ ਲਈਏ, ਇਹਨਾਂ ਸਾਡੇ ਸ਼ਹੀਦਾਂ ਦੀ ਰੂਹ ਕੰਬਦੀ ਹੋਏਗੀ, ਰੋਂਦੀ ਹੋਏਗੀ ਕਿ ਅੱਜ ਦਾ ਜੋ ਸਿਸਟਮ ਹੈ, ਜੋ ਅੱਜ ਦਾ ਜੋ ਸਿਸਟਮ ਹੈਗਾ ਇਹ ਬਿਲਕੁਲ ਇਹਨਾਂ ਚੀਜ਼ਾਂ ਦੇ ਖਿਲਾਫ ਹੈਗਾ। ਇਹਨਾਂ ਚੀਜ਼ਾਂ ਦੇ ਖਿਲਾਫ ਹੀ ਇਹਨਾਂ ਨੇ ਸਾਡੇ ਜਿਹੜੇ ਸ਼ਹੀਦਾਂ ਨੇ ਆਪਣੀ ਜਿਹੜੀ ਸ਼ਹੀਦੀ ਦਿੱਤੀ, ਅਤੇ ਅੱਜ ਇਹਨਾਂ ਦੀ ਰੂਹ ਬਿਲਕੁਲ ਰੋਂਦੀ ਹੋਏਗੀ ਕਿ ਅਸੀਂ ਇਹਨਾਂ ਗੋਰਿਆਂ ਨੂੰ ਤਾਂ ਅਸੀਂ ਭਜਾ ਦਿੱਤਾ ਪਰ ਇਹ ਜਿਹੜੇ ਕਾਲੇ ਸੀ ਉਹ ਸਾਡੇ ਭਾਰਤ ਦੇਸ਼ ਦੇ ਉੱਤੇ ਰਾਜ ਕਰਨ ਆ ਗਏ। ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਹੈ। ਅੱਜ ਦੇ ਦਿਨ ਉਹ ਲੋਕ ਜਿਹੜੇ ਸ਼ਹੀਦਾਂ ਨੂੰ ਪਿਆਰ ਕਰਦੇ ਨੇ, ਜਿਹੜੇ ਉਹਨਾਂ ਦੇ ਰਾਹ 'ਤੇ ਚੱਲਣਾ ਚਾਹੁੰਦੇ ਨੇ, ਉਹ ਉਸ ਇਸ ਦਿਨ ਨੂੰ ਮਨਾਉਂਦੇ ਨੇ। ਲੇਕਿਨ ਰਵਾਇਤੀ ਪਾਰਟੀਆਂ, ਅਖੌਤੀ ਲੀਡਰ ਜਿਹੜੇ ਬਿਲਕੁਲ ਸ਼ਹੀਦ ਭਗਤ ਸਿੰਘ ਹੋਰਾਂ ਦੇ ਵਿਚਾਰਾਂ ਦੇ ਉਲਟ ਚੱਲਦੇ ਨੇ। ਸ਼ਹੀਦ ਭਗਤ ਸਿੰਘ ਨੇ ਇੱਕ ਗੱਲ ਕਹੀ ਸੀ, ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਉਦੋਂ ਤੱਕ ਸਾਡੀ ਲੜਾਈ ਜਾਰੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਵੀ ਰਾਜਪੂਤ ਸਿੰਘ ਮੀਰਪੁਰਾਂ ਦੋਬਾ ਚੋਂ ਯੂਥ ਕਲ ਦੇ ਅੱਜ ਭਗਤ ਸਿੰਘ ਚੌਂਕ ਦੇ ਵਿੱਚ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਵਾ, ਜਿੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਆ, ਜਿੱਥੇ ਸਾਡੇ ਹਲਕਾ ਇੰਚਾਰਜ ਸਰਦਾਰ ਪਰਮਜੀਤ ਸਿੰਘ ਜੀ, ਐਡਵੋਕੇਟ ਜੀ, ਯੂਥ ਅਕਾਲੀ ਦਲ ਦਾ ਹੌਸਲਾ ਵਧਾਉਣ ਲਈ ਅਤੇ ਸਾਡੇ ਭਗਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇੱਥੇ ਖੁਦ ਪਹੁੰਚੇ ਸੀ, ਉਹਨਾਂ ਦਾ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਟੀਮ, ਜਿਨ੍ਹਾਂ ਵਿੱਚ ਅਜੇ ਬਬਲਾ ਜੀ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਹਰਜੀਤ ਵਾਲੀਆ ਜੀ, ਸਾਡੇ ਨਵਨਿਯੁਕਤ ਪ੍ਰਧਾਨ ਦਿਹਾਤੀ ਯੂਥ ਦੇ ਮਨਵੀਰ ਜੀ, ਉਹਨਾਂ ਦੀ ਸਮੁੱਚੀ ਟੀਮ ਅਤੇ ਮੇਰੀ ਸਮੁੱਚੀ ਟੀਮ ਯੂਥ ਅਕਾਲੀ ਦਲ ਦੀ ਜੋ ਇੱਥੇ ਪਹੁੰਚੀ, ਜਿਨ੍ਹਾਂ ਵਿੱਚ ਦੀਪਕ ਮਿਸ਼, ਸੈਂਡੀ, ਕਰਨ, ਬਾਨੂ, ਸੁਮਿਤ, ਰਾਜਾ ਅਤੇ ਤਕਰੀਬਨ ਹੋਰ ਮੇਰੀ ਜਿਹੜੀ ਯੂਥ ਦੇ ਸਾਥੀ ਆ ਉਹ ਪਹੁੰਚੇ ਆ।